सत्रकाल नमस्कार आदाब तुसी देख रहे हो सुपर हिट पंजाबी। एक बेहतरीन फिल्म पेश किया पेंटर और बहुत ही लीक तो हटके मूवी है ते कुछ दसो दर्शकों अपनी मूवी के बारे पहला तो सत श्रीकाल जी सारे और जिदा तुम कहना सब्जेक्ट बहुत प्यारा एक स्वीट जी मूवी आ कंटेंट बड़ा फ्रैश आ आर्टिस्ट बड़े फ्रैश आ बाकी तुसी आज देखी होनी है ना सारे ने बहुत बहुत कमाल का काम करा सारे आर्टिस्टा ने सिनेमे च आ चुकी है पेंटर ते मैं ऑडियंस नूं भी अपील करदा वी एक नवा सब्जेक्ट आ तुसी साथ दिओ इहनूं है ना नवे आर्टिस्ट इहनां नूं प्यार दिओ ते एक बार देखो जरूर जाके म्यूजिक भी बहुत वधिया बेहतरीन लगा एक बहुत ही जिन्हें कहिंदे ना स्वीट गाने ओह लग गया सानूं ते बाकी फिल्म दर्शकां नूं मैनूं लगदा बहुत ही पसंद आई थी क्योंकि जेड़ा सब्जेक्ट है बहुत ही डिफरेंस है जी जी हटके सब्जेक्ट है गया जिवें पिछे काफी टाइम तो कॉमेडी फिल्मा दा दौर आ रहा होया सी उस नाल एक हटके मूवी है ये ते इस नाल अगला केड़ा तुसी अपना प्रोजेक्ट लिया देखो आपा पहले इदी जिदा तुसी म्यूजिक है म्यूजिक वाकई बहुत प्यारा हरमनजीत वीरे ने गाने लिखे है ना ते कमल भाई ने गाए हसमुख सुल्ताना दा लैंडर्स उन्होंने बहुत प्यारे गाने हैगे ते नेक्स्ट असी बड़ी छेती अनाउंस कर रहे हैं थोड़े दिनों च आ ਬਾਕੀ ਸਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੂਵੀ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਇਸ ਕਰਕੇ ਸੋਹਣੀ ਨਹੀਂ ਲੱਗੀ ਕਿ ਮੈਂ ਮੂਵੀ ਚ ਹਾਂ ਬਟ ਮੂਵੀ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਮੈਸੇਜ ਦਿੱਤਾ ਹੈ ਮੂਵੀ ਨੇ ਇੱਕ ਮਤਲਬ ਇੱਕ ਵੀ ਨਹੀਂ ਹਰ ਤਰ੍ਹਾਂ ਦੀ ਚੀਜ਼ ਨੂੰ ਨੋਟਿਸ ਕੀਤਾ ਗਿਆ ਤਾਜ ਸਰ ਨੇ ਹਰ ਚੀਜ਼ ਤੇ ਮੈਸੇਜ ਦਿੱਤਾ ਹੈ ਕਿ ਕਾਸਟਿੰਗ ਕਾਊਚ ਕਿਵੇਂ ਹੁੰਦੀ ਆ ਕੁੜੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰੰਗ ਤੇ ਜਿਹੜੀ ਕੁੜੀਆਂ ਰੰਗ ਦੀ ਪੱਕੀ ਹੁੰਦੀ ਆ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇੰਡਸਟਰੀ 'ਚ ਬਹੁਤ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਵਧੀਆ ਚੀਜ਼ਾਂ ਵੀ ਹੁੰਦੀਆਂ ਉਹ ਵੀ ਦਿਖਾਇਆ ਗਿਆ ਤੇ ਪਿਆਰ ਕਿਵੇਂ ਕਰਨਾ ਚਾਹੀਦਾ ਰੂਹਾਨੀਅਤ ਨਾਲ ਪਿਆਰ ਕਰਨਾ ਚਾਹੀਦਾ ਉਹ ਸਾਰੀ ਹੀ ਮੈਸੇਜਸ ਮੂਵੀ 'ਚ ਦਿੱਤੇ ਗਏ ਨੇ ਤੇ ਮੇਰਾ ਕੈਰੈਕਟਰ ਮੈਨੂੰ ਪਰਸਨਲੀ ਬਹੁਤ ਫੇਵਰੇਟ ਹੈ ਬਿਕਾਜ਼ ਉਹਦੇ ਬਹੁਤ ਸ਼ੇਡਸ ਆ ਸਿੰਮੀ ਈਗੋਇਸਟਿਕ ਵੀ ਆ ਐਰੋਗੈਂਟ ਵੀ ਆ ਸਵੀਟ ਵੀ ਆ ਤੇ ਇਨੋਸੈਂਟ ਵੀ ਆ ਦੂਜਿਆਂ ਦੀ ਮਦਦ ਵੀ ਕਰਦੀ ਆ ਤਾਂ ਉਹ ਮੈਨੂੰ ਵਧੀਆ ਲੱਗਿਆ ਕਿ ਜਿੱਦਾਂ ਦਾ ਮੈਂ ਨਾ ਸੋਚਿਆ ਵੀ ਨਹੀਂ ਸੀ ਉਸ ਤੋਂ ਵੀ ਵੱਧ ਕੇ ਮੂਵੀ 'ਚ ਆਇਆ ਹੈ ਤਾਂ ਸਾਰਿਆਂ ਨੂੰ ਵੇਖਣੀ ਜਾਣ ਸਾਰਿਆਂ ਨੂੰ ਮੂਵੀ ਜ਼ਰੂਰ ਵੇਖਣੀ ਚਾਹੀਦੀ ਆ ਹਾਲ ਤੇ ਇੱਕ ਵਾਰੀ ਕਮਰਸ਼ੀਅਲ ਜਿਸ ਤਰ੍ਹਾਂ ਦਾ ਅੱਜ ਕੱਲ ਕੋਈ ਵਾਰ ਕਾਮੇਡੀ ਟਾਈਪ ਚੱਲਦਾ ਉਸ ਤਰ੍ਹਾਂ ਦਾ ਬਣਾਉਣ ਦਾ ਹੈਗਾ ਤੇ ਫਿਲਮ ਦੇਖ ਕੇ ਦੇਖੋ ਵੀ ਬਣਦੀ ਹੈ ਫਿਲਮ ਕਿ ਨਹੀਂ ਬਣਦੀ ਜਾਂ ਉਹਦਾ ਕੀ ਅਸਰ ਹੁੰਦਾ ਬਿਲਕੁਲ ਜੀ ਕਹਾਣੀ ਵੀ ਨਵੀਂ ਹੈ ਤੇ ਕਾਸਟ ਵੀ ਨਵੀਂ ਹੈ ਸੋ ਇਹਦਾ ਸਾਰਾ ਜਿਹੜਾ ਹੈਗਾ ਮੈਂ ਸਿਰਾ ਜਿਹੜਾ ਹੈਗਾ ਤਾਜ ਉਹਨਾਂ ਨੂੰ ਡਾਇਰੈਕਟਰ ਪ੍ਰੋਡਿਊਸਰ ਨੂੰ ਦਿੰਦਾ ਜਿਨ੍ਹਾਂ ਨੇ ਨਵੇਂ ਟੈਲੈਂਟ ਨੂੰ ਮੌਕਾ ਦਿੱਤਾ ਔਰ ਕੋਈ ਅਗਲੀ ਮੂਵੀ ਆਣੀ ਤੁਹਾਡੀ ਮੈਡਲ ਹਾਂਜੀ 2 ਜੂਨ ਨੂੰ ਰਿਲੀਜ਼ ਹੈ ਜੀ ਆਪਣੀ ਫਿਲਮ ਮੈਡਲ ਉਹਦੇ 'ਚ ਕਰੈਕਟਰ ਡਿਫਰੈਂਟ ਆ ਥੋੜ੍ਹਾ ਜਿਹਾ ਉਹ ਨੈਗੇਟਿਵ ਸ਼ੇਡ ਹੈ ਜੀ ਉਹ 'ਚ ਨੈਗੇਟਿਵ ਹੈ ਜੀ ਪੁਲਿਸ ਇੰਸਪੈਕਟਰ ਬਟ ਨੈਗੇਟਿਵ ਗ੍ਰੇ ਸ਼ੇਡ ਔਰ ਪੇਂਟਰ ਦੇ ਬਾਰੇ ਕੋਈ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੋਗੇ ਦੇਖੋ ਜੀ ਡਿਫਰੈਂਟ ਕਨਸੈਪਟ ਹੈ ਡਿਫਰੈਂਟ ਕਹਾਣੀ ਹੈ ਤੇ ਤੁਹਾਡੇ ਪਿਆਰ ਦੀ ਲੋੜ ਹੈ ਕਿਉਂਕਿ ਨਵੇਂ ਆਰਟਿਸਟਾਂ ਨੂੰ ਨਵੀਆਂ ਕਹਾਣੀਆਂ ਨੂੰ ਤੁਸੀਂ ਪਿਆਰ ਦਿਓਗੇ ਤਾਂ ਹੀ ਜਿਹੜੀਆਂ ਕੁਛ ਅਗਲੀਆਂ ਟੀਮਾਂ ਨੇ ਅਗਲੇ ਪ੍ਰੋਡਿਊਸਰ ਡਾਇਰੈਕਟਰ ਨੇ ਉਹ ਕੁਝ ਡਿਫਰੈਂਟ ਸੋਚਣ ਦੀ ਕੋਸ਼ਿਸ਼ ਕਰਨਗੇ ਨਹੀਂ ਤਾਂ ਉਹੀ ਜੋ ਚੱਲਦਾ ਉਹੀ ਚੱਲਦਾ ਰਹੂਗਾ ਜੀ
जी हाँ ਤੁਸੀਂ ਪਿੰਟਰ ਮੂਵੀ ਦੀ ਪ੍ਰੀਮੀਅਰ ਤੇ ਆ ਹੁਣੇ ਹੁਣੇ ਦੇਖ ਕੇ ਆਇਆ ਬਹੁਤ ਸੋਹਣੀ ਫਿਲਮ ਬਣੀ ਹੈ ਇੱਕ ਡੀਸੈਂਟ ਫਿਲਮ ਹੈ ਇਹਦੇ ਵਿੱਚ ਜਿਹੜੇ ਹੀਰੋ ਨੇ ਉਹ ਇੰਟਰੋਡਿਊਸਿੰਗ ਨੇ ਫਸਟ ਫਿਲਮ ਹੈ ਉਹਨਾਂ ਦੀ ਔਰ ਬਹੁਤ ਹੀ ਖੂਬਸੂਰਤ ਉਹਨਾਂ ਨੇ ਕੰਮ ਕੀਤਾ ਬੜੀ ਸਹਿਜਤਾ ਨਾਲ ਕੰਮ ਕੀਤਾ ਐਕਚੁਅਲੀ ਫਿਲਮ ਓਵਰਆਲ ਅਗਰ ਮੈਂ ਕਹਾਂ ਤਾਂ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ ਬਹੁਤ ਵਧੀਆ ਕੰਮ ਕੀਤਾ ਬਹੁਤ ਅੱਛੀ ਕਾਸਟਿੰਗ ਹੋਈ ਹੈ ਔਰ ਨਿਭਾਇਆ ਸਾਰਿਆਂ ਨੇ ਬਹੁਤ ਵਧੀਆ ਔਰ ਐਂਟਰਟੇਨਿੰਗ ਵੀ ਹੈ ਸੂਦਿੰਗ ਫਿਲਮ ਹੈ ਬੜੀ ਕਹਿੰਦੇ ਨਾ ਵੀ ਇੱਕ ਜਿਸ ਤਰ੍ਹਾਂ ਇੱਕ ਕੋਈ ਪਾਣੀ ਹੁੰਦਾ ਨਾ ਦਰਿਆ ਦਾ ਵਹਿੰਦਾ ਜਦੋਂ ਬੜਾ ਸ਼ਾਂਤਮਈ ਬੜੀ ਸਵੀਟਲੀ ਤੇ ਉਸ ਤਰ੍ਹਾਂ ਫਿਲਮ ਦੀ ਰਵਾਨਗੀ ਹੈ ਸੋ ਇਹਦੇ ਲਈ ਤਾਜ ਵਧਾਈ ਦਾ ਪਾਤਰ ਹੈ ਬਹੁਤ ਸੋਹਣਾ ਕੰਮ ਕੀਤਾ ਦੇਖਿਆ ਜਾਏ ਤੇ ਜਿਵੇਂ ਪਿੱਛੇ ਕਾਫੀ ਟਾਈਮ ਜੋ ਫਿਲਮਾਂ ਕਮੇਡੀਆਂ ਆ ਰਹੀਆਂ ਸੀ ਇੱਕੋ ਜਿਹੇ ਕਨਸੈਪਟ ਤੇ ਆ ਰਹੇ ਸੀ ਤੇ ਇੱਕੋ ਦਮ ਹੱਟਕਰ ਮੂਵੀ ਬਿਲਕੁਲ ਬਿਲਕੁਲ ਕਹਿ ਸਕਦੇ ਆ ਇਹ ਕਲਾਕਾਰਾਂ ਦੁਆਰਾ ਹੈ ਕਲਾਕਾਰਾਂ ਦੇ ਉੱਤੇ ਇੱਕ ਫਿਲਮ ਬਣਾਈ ਗਈ ਹੈ ਸੋ ਆਬਵੀਅਸਲੀ ਅਸੀਂ ਮਤਲਬ ਇਹਨੂੰ ਬਿਲਕੁਲ ਕਹਿ ਸਕਦੇ ਹਾਂ ਕਿ ਇੱਕ ਅਲੱਗ ਤਰ੍ਹਾਂ ਦਾ ਵਿਸ਼ਾ ਔਰ ਬੜਾ ਮਿੱਠਾ ਜਿਹਾ ਸਬਜੈਕਟ ਹੈ ਔਰ ਇਹ ਵੀ ਖੈਰ ਸਾਡਾ ਹੁਣ ਜਿਹੜਾ ਸਿਨੇਮਾ ਜਿਹੜੀ ਆਪਾਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਕਾਮੇਡੀ ਫਿਲਮ ਸੀ ਆ ਰਹੀਆਂ ਸੀ ਪਿੱਛੇ ਜੇ ਠੀਕ ਹੈ ਇੱਕ ਦੌਰ ਆਇਆ ਸੀ ਤੇ ਇਹਦੇ ਤੇ ਗੱਲ ਹੋਈ ਵੀ ਸੀ ਕਿ ਕਾਮੇਡੀ 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 ਹੋ ਰਹੀ ਹੈ ਪਰ ਹਰ ਇੱਕ ਜਨਰ ਦਾ ਇੱਕ ਆਪਣਾ ਆਨੰਦ ਹੁੰਦਾ ਪਰ ਅੱਜ ਜਿਹੜਾ ਸਾਡਾ ਪੰਜਾਬੀ ਸਿਨੇਮਾ ਇਹ ਇਕੱਲਾ ਕਾਮੇਡੀਜ਼ ਤੇ ਨਹੀਂ ਹੈ ਕਾਮੇਡੀ ਫਿਲਮਾਂ ਵੀ ਹੈਗੀਆਂ ਨੇ ਉਹ ਵੀ ਇੱਕ ਆਪਣਾ ਜਨਰ ਹੈ ਉਹਨਾਂ ਦਾ ਪਰ ਹੁਣ ਸਾਡਾ ਫਿਲਮਾਂ ਜਿਹੜੀਆਂ ਬਣ ਗਈਆਂ ਬੜੇ ਵਰਾਇਟੀ ਆਫ ਸਿਨੇਮਾ ਨੇ ਅਲੱਗ ਅਲੱਗ ਵਿਸ਼ਿਆਂ ਤੇ ਅਲੱਗ ਅਲੱਗ ਫਿਲਮਾਂ ਆ ਰਹੀਆਂ ਨੇ ਸੋ ਇੱਕ ਬਹੁਤ ਹੀ ਸੁਖਾਵਾ ਮੋੜ ਹੈ ਔਰ ਬਹੁਤ ਹੀ ਵਧੀਆ ਇਹ ਗੱਲ ਵੀ ਹੈ ਕਿ ਸਾਡੇ ਜਿਹੜੇ ਮੇਕਰਸ ਨੇ ਉਹ ਕਾਮੇਡੀ ਤੋਂ ਹਟ ਕੇ ਵੀ ਫਿਲਮਾਂ ਵਧੀਆ ਬਹੁਤ ਵਧੀਆ ਫਿਲਮਾਂ ਬਣਾ ਰਹੇ ਨੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੂਵੀ ਦੇ ਬਾਰੇ ਹਾਂ ਦਰਸ਼ਕਾਂ ਨੂੰ ਇਹੀ ਅਪੀਲ ਕਰਾਂਗਾ ਸਾਰਿਆਂ ਨੂੰ ਕਿ ਬਹੁਤ ਪਿਆਰੀ ਮੂਵੀ ਹੈ ਸਵੀਟ ਮੂਵੀ ਹੈ ਡੀਸੈਂਟ ਮੂਵੀ ਹੈ ਔਰ ਪਰਿਵਾਰ ਸਮੇਤ ਦੇਖ ਸਕਦੇ ਨੇ ਬੱਚਿਆਂ ਨਾਲ ਦੇਖ ਸਕਦੇ ਨੇ ਕਿਉਂਕਿ ਹਰ ਇੱਕ ਫਿਲਮ ਦੇ ਵਿੱਚ ਕੋਈ ਨਾ ਕੋਈ ਮੈਸੇਜ ਜ਼ਰੂਰ ਹੁੰਦਾ ਇਸ ਫਿਲਮ ਵਿੱਚ ਇੱਕ ਸਭ ਤੋਂ ਸਟਰੋਂਗ ਮੈਸੇਜ ਹੈ ਕਿ ਜਿਹੜਾ ਤੁਹਾਡਾ ਪੈਸ਼ਨ ਹੈ ਜਿਹੜਾ ਤੁਹਾਡਾ ਟੀਚਾ ਜਿਹੜਾ ਗੋਲ ਹੈ ਅਗਰ ਤੁਸੀਂ ਸ਼ਿੱਦਤ ਨਾਲ ਇਮਾਨਦਾਰੀ ਨਾਲ ਉਹਨੂੰ ਫੋਲੋ ਕਰਦੇ ਆ ਤਾਂ ਉਹ ਜ਼ਰੂਰ ਕਿਸੇ ਨਾ ਕਿਸੇ ਦਿਨ ਪੂਰਾ ਹੋ ਜਾਂਦਾ ਤੁਹਾਡਾ ਸੋ ਹਾਰਡ ਵਰਕ ਉਹਦੇ ਵਿੱਚ ਡੈਫੀਨੇਟਲੀ ਇਨਵੋਲਵ ਹੁੰਦਾ ਸੋ ਇਹ ਸਭ ਤੋਂ ਵੱਡਾ ਮੈਸੇਜ ਇਹਦੇ ਵਿੱਚ ਇਹੀ ਹੈ ਕਿ ਤੁਸੀਂ ਜੇ ਆਪਣੇ ਪੈਸ਼ਨ ਨੂੰ ਫੋਲੋ ਕਰਦੇ ਆ ਓਨੈਸਟੀ ਨਾਲ ਤਾਂ ਯੂ ਵਨ ਡੇ ਯੂ ਗੈਟ ਬੈਟਰ ਮੂਵੀ ਬਹੁਤ ਜ਼ਿਆਦਾ ਅੱਛੀ ਲੱਗੀ ਮੈਂ ਇਹਦੇ ਵਿੱਚ ਮਦਰ ਦਾ ਰੋਲ ਕੀਤਾ ਤੇ ਨੈਚੁਰਲੀ ਆਬਵੀਅਸਲੀ ਬਹੁਤ ਅੱਛੀ ਮੂਵੀ ਹੈ ਤੇ ਮੈਨੂੰ ਉਮੀਦ ਹੈ ਕਿ ਇਹ ਸਾਰੇ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਮੈਂ 100 of 100 ਇਹਨੂੰ ਨੰਬਰ ਦਊਂਗੀ ਤੇ ਬਹੁਤ ਜ਼ਿਆਦਾ ਹਿੱਟ ਹੋਣ ਵਾਲੀ ਹੈ ਮੂਵੀ ਸਾਰੀਆਂ ਮੂਵੀਆਂ ਨਾਲ ਬਹੁਤ ਜ਼ਿਆਦਾ ਹਟ ਕੇ ਹੈ ਤੇ ਇਹਦੇ ਵਿੱਚ ਕੀ ਹੈਗਾ ਕਿ ਕਲਾ ਦੇ ਦੋ ਰੂਪ ਦਿਖਾਏ ਗਏ ਨੇ ਇੱਕ ਪੇਂਟਰ ਤੇ ਇੱਕ ਆਰਟ ਦਾ ਦਿਖਾਇਆ ਗਿਆ ਤੇ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਅੱਛੀ ਲੱਗੇਗੀ